ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ। ਇਸ ਵਕਤ ਅਸੀਂ ਪਟਿਆਲਾ ਦੇ ਚੀਕਾ ਰੋਡ ਉੱਪਰ ਮੌਜੂਦ ਹਾਂ। ਦੱਸ ਦਈਏ ਕਿ ਪਟਿਆਲਾ ਤੋਂ ਚੀਕਾ ਜਾ ਰਹੀ ਇੱਕ PRTC ਦੀ ਸਰਕਾਰੀ ਬੱਸ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਵਿੱਚ ਸਵਾਰੀਆਂ ਭਰੀਆਂ ਹੋਈਆਂ ਸੀਗੀਆਂ। ਸਵਾਰੀਆਂ ਨੂੰ ਲੈ ਕੇ ਇਹ ਬੱਸ ਜਿਹੜੀ ਹੈ ਚੀਕੇ ਵੱਲ ਨੂੰ ਜਾ ਰਹੀ ਸੀਗੀ, ਜਿਹੜੀ ਰਸਤੇ ਦੇ ਵਿੱਚ ਹੀ ਪਟਿਆਲਾ ਚੀਕਾ ਰੋਡ ਦੇ ਉੱਪਰ ਇੱਕ ਟਿੱਪਰ ਦੇ ਨਾਲ ਟਕਰਾਉਂਦੀ ਹੈ, ਜਿਸ ਤੋਂ ਬਾਅਦ ਇਹ ਬੱਸ ਜਿਹੜੀ ਹੈ ਪਲਟੀਆਂ ਖਾਂਦੀ ਹੋਈ ਇੱਕ ਸਾਈਡ ਨੂੰ ਗਿਰ ਜਾਂਦੀ ਹੈ, ਜਿਸ ਵਿੱਚ ਸਵਾਰੀਆਂ ਭਰੀਆਂ ਹੋਈਆਂ ਸੀਗੀਆਂ। ਕਰੀਬ 18 ਦੇ ਕਰੀਬ ਜਿਹੜੀਆਂ ਸਵਾਰੀਆਂ ਨੇ ਕੰਡਕਟਰ ਡਰਾਈਵਰ ਸਮੇਤ ਹਸਪਤਾਲ ਦੇ ਵਿੱਚ ਦੇ ਰਹੇ ਇਲਾਜ ਨੇ। ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਇਸ ਬੱਸ ਦੀਆਂ ਦਿਖਾ ਦਿੰਦੇ ਹਾਂ ਕਿ ਇਸ ਬੱਸ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਵਾਲਾ ਢਾਂਚਾ ਜਿਹੜਾ ਬੱਸ ਦਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੁਕਸਾਨਿਆ ਗਿਆ, ਕਿਉਂਕਿ ਇਸਦਾ ਇੰਜਨ ਜਿਹੜਾ ਸੀਗਾ ਉਹ ਕਾਫੀ ਮਜ਼ਬੂਤ ਹੁੰਦਾ ਬੱਸਾਂ ਦਾ, ਕਿਉਂਕਿ ਵੱਡੇ ਇੰਜਨ ਹੁੰਦੇ ਨੇ ਬੱਸਾਂ ਦੇ। ਤਾਂ ਉਸਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਬੱਸ ਦੀ। ਤਾਂ ਬੱਸ ਦੀ ਤਸਵੀਰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਕੁ ਭਿਆਨਕ ਸੀਗਾ, ਕਿਉਂਕਿ ਜਦੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਬੱਸ ਹਾਦਸੇ ਦੀਆਂ, ਤਾਂ ਉਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਲੋਕ ਜਿਹੜੇ ਇੱਥੇ ਮੌਜੂਦ ਸੀਗੇ, ਜਿਹੜੇ ਰੋਡ ਦੇ ਉੱਪਰੋਂ ਗੁਜ਼ਰ ਰਹੇ ਸੀਗੇ, ਤਾਂ ਉਹਨਾਂ ਨੇ ਇੱਥੇ ਬੱਸ ਜਦੋਂ ਹਾਦਸੇ ਦਾ ਸ਼ਿਕਾਰ ਹੁੰਦੀ ਦੇਖੀ ਤਾਂ ਵਿੱਚ ਲੋਕ ਜਿਹੜੇ ਫਸੇ ਹੋਏ ਸੀਗੇ ਉਹਨਾਂ ਨੂੰ ਬਾਹਰ ਕੱਢ ਕੇ ਇੱਕ ਸਾਈਡ ਤੇ ਬਿਠਾਇਆ, ਉਹਨਾਂ ਨੂੰ ਪਾਣੀ ਪਿਆਇਆ, ਤਾਂ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਹਸਪਤਾਲ ਭੇਜਿਆ। ਲੇਕਿਨ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੀ ਇਸ ਦੀਆਂ ਤਸਵੀਰਾਂ ਵਾਇਰਲ ਹੋਈਆਂ, ਇਸ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ, ਤਾਂ ਉਸ ਵਿੱਚ ਇਸ ਬੱਸ ਦੇ ਜਦੋਂ ਅੰਦਰਲੀ ਤਸਵੀਰ ਸਾਹਮਣੇ ਆਈ ਤਾਂ ਉਸ ਵਿੱਚ ਇੱਕ ਕੰਡਕਟਰ ਜਿਹੜਾ ਇਸ ਸਾਈਡ ਦੇ ਉੱਪਰ ਬੈਠਿਆ ਹੋਇਆ ਸੀਗਾ, ਤਾਂ ਉਹ ਅੰਦਰ ਫਸਿਆ ਹੋਇਆ ਸੀਗਾ, ਜਿਸ ਨੂੰ ਕੱਢਣ ਦੀ ਗੱਲ ਵੀ ਕਹੀ ਜਾ ਰਹੀ ਸੀਗੀ। ਕਿਹਾ ਜਾ ਰਿਹਾ ਸੀਗਾ ਕਿ ਉਸ ਨੂੰ ਕੱਢਿਆ ਨਹੀਂ ਜਾ ਰਿਹਾ ਬਾਹਰ, ਉਹ ਕੱਢ ਨਹੀਂ ਪਾ ਰਹੇ, ਲੋਕ ਉਸ ਨੂੰ ਜ਼ਰੂਰ ਕੋਸ਼ਿਸ਼ ਕਰੋ। ਲੇਕਿਨ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਬੱਸ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ। ਉਸ ਬੱਸ ਦੀਆਂ ਤਸਵੀਰਾਂ ਜਿਹੜੀਆਂ ਨੇ, ਪਹਿਲੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਬੱਸ ਜਿਹੜੀ ਹੈ ਟਿੱਪਰ ਦੇ ਨਾਲ ਟਕਰਾਈ ਹੈ, ਜਿਸ ਤੋਂ ਬਾਅਦ ਇਸ ਵਿੱਚ ਜਿਹੜੀਆਂ 18 ਸਵਾਰੀਆਂ ਸੀਗੀਆਂ ਬੈਠੀਆਂ ਹੋਈਆਂ, ਜਿਨ੍ਹਾਂ ਨੂੰ ਚੀਕੇ ਲਜਾਇਆ ਜਾ ਰਿਹਾ ਸੀਗਾ, ਤਾਂ ਉਹ ਇਸ ਵਕਤ ਕਹਿ ਸਕਦੇ ਹਾਂ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਜਿਹੜੇ ਇਲਾਜ ਨੇ। ਇੱਕ ਵਾਰ ਤਸਵੀਰਾਂ ਤੁਸੀਂ ਦੇਖੋ ਕਿ ਇਹ ਮੋਰਲੀ ਜਿਹੜੀ ਸਾਈਡ ਹੈ, ਇਹ ਫਰੰਟ ਵਾਲਾ ਜਿਹੜਾ ਹਿੱਸਾ ਇਸਦਾ ਬੱਸ ਦਾ, ਉਹ ਕਿਸ ਤਰ੍ਹਾਂ ਨੁਕਸਾਨਿਆ ਗਿਆ। ਸ਼ੀਸ਼ੇ ਲੱਗੇ ਹੋਏ ਸੀਗੇ, ਉਹ ਟੁੱਟ ਚੁੱਕੇ ਨੇ ਪੂਰੀ ਤਰ੍ਹਾਂ ਟਿੱਪਰ ਦੇ ਨਾਲ ਟਕਰਾਉਣ ਤੋਂ ਬਾਅਦ। ਤਾਂ ਇਹ ਤਸਵੀਰ ਦੇਖੋ ਕਿ ਜਿੱਥੇ ਇੰਜਨ ਹੁੰਦਾ ਉਸਦੀ ਕੀ ਹਾਲਤ ਹੋਈ ਹੈ। ਤਾਂ ਮੁੱਢਲੇ ਢਾਂਚੇ ਦੀ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਬੱਸ ਦੇ, ਤਾਂ ਅੰਦਰਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲੇਕਿਨ ਇੱਕ ਵਾਰ ਤਸਵੀਰ ਜਿਹੜੀ ਹੈ ਪੂਰੀ ਬੱਸ ਦੀ ਦੇਖੋ ਕਿ ਬੱਸ ਜਿਹੜੀ ਕਾਫੀ ਮਜ਼ਬੂਤ ਕਹੀ ਜਾਂਦੀ ਹੈ, ਕਿਉਂਕਿ ਵੱਡਾ ਵਾਹਨ ਹੈ, ਤਾਂ ਉਹ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿੱਚ ਸਵਾਰੀਆਂ ਭਰੀਆਂ ਹੋਈਆਂ ਸੀ, ਕੁੱਲ 18 ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ। ਹਾਲਾਂਕਿ ਕਹਿ ਸਕਦੇ ਹਾਂ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਜਾਨੀ ਨੁਕਸਾਨ ਹੋਣ ਤੋਂ ਬਚਾਵ ਹੋ ਗਿਆ, ਜਿਸ ਕਰਕੇ ਕਹਿ ਸਕਦੇ ਹਾਂ ਕਿ ਇਸ ਵਕਤ 18 ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਨੇ, ਜਿਨ੍ਹਾਂ ਦਾ ਇਲਾਜ ਜਿਹੜਾ ਲਗਾਤਾਰ ਜਾਰੀ ਹੈ। ਤੁਸੀਂ ਇਹ ਤਸਵੀਰ ਦੇਖੋ ਕਿ ਇਹ ਸਾਈਡ ਵਾਲਾ ਪਾਸਾ ਬੱਸ ਦਾ, ਜਿਹੜੇ ਕੰਡਕਟਰ ਸਾਈਡ ਹੁੰਦੀ ਹੈ ਉਹ ਵਾਲਾ ਹਿੱਸਾ, ਉਹ ਵੀ ਕਹਿ ਸਕਦੇ ਹਾਂ ਕਿ ਕਾਫੀ ਵੱਡਾ ਹਾਦਸਾ ਸੀਗਾ, ਜਿਸ ਵਿੱਚ ਇੰਨੇ ਲੋਕ ਜ਼ਖਮੀ ਹੋ ਗਏ ਕਿ ਹਸਪਤਾਲ ਦੇ ਵਿੱਚ ਉਹ ਜਿਹੜੇ ਇਲਾਜ ਨੇ। ਬੱਸ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀਗਾ। ਤਾਂ ਇਹ PRTC ਦੀ ਸਰਕਾਰੀ ਬੱਸ ਹੈ, ਪਟਿਆਲਾ ਡਿਪੂ ਦੀ ਬੱਸ ਹੈ, ਜਿਹੜੀ ਚੀਕੇ ਵੱਲ ਨੂੰ ਸਵਾਰੀਆਂ ਲੈ ਕੇ ਜਾ ਰਹੀ ਸੀਗੀ। ਤਾਂ ਬੱਸ ਦੇ ਅੰਦਰ ਚੱਲਦੇ ਹਾਂ, ਅੰਦਰਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਹਾਲਤ ਕਿਸ ਤਰ੍ਹਾਂ ਦੀ ਬੱਸ ਦੇ ਅੰਦਰ ਦੀ, ਕਿਉਂਕਿ ਅੰਦਰ ਸਵਾਰੀਆਂ ਜਦੋਂ ਫਸੀਆਂ ਸੀਗੀਆਂ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ, ਤਾਂ ਪਲਟੀਆਂ ਖਾਂਦੀ ਹੋਈ ਇੱਕ ਪਾਸੇ ਨੂੰ ਡਿੱਗ ਗਈ ਸੀਗੀ। ਤਾਂ ਉਸ ਤੋਂ ਬਾਅਦ ਇਹ ਬੱਸ ਦੇ ਅੰਦਰਲੀ ਤਸਵੀਰ ਆ, ਅੰਦਰਲੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਜਿਹੜੇ ਪਿੱਲਰ ਲੱਗੇ ਹੋਏ ਨੇ ਇਹ ਤੱਕ ਉਖੜ ਗਏ ਨੇ ਇਸ ਹਾਦਸੇ ਦੇ ਵਿੱਚ। ਤਾਂ ਸੀਟਾਂ ਜਿਹੜੀਆਂ ਸੀਗੀਆਂ, ਸੀਟਾਂ ਆਪਣੀ ਥਾਂ ਤੋਂ ਜਿਹੜੀਆਂ ਪੱਟੀਆਂ ਜਾ ਚੁੱਕੀਆਂ ਨੇ, ਕਿਉਂਕਿ ਇਹ ਬੱਸ ਜਿਹੜੀ ਹੈ ਕਈ ਪਲਟੀਆਂ ਖਾਈ ਆ ਹਾਦਸੇ ਤੋਂ ਬਾਅਦ। ਤਾਂ ਟਿੱਪਰ ਦੇ ਨਾਲ ਇਹ ਬੱਸ ਟਕਰਾਈ ਹੈ, ਤਾਂ ਕਹਿ ਸਕਦੇ ਹਾਂ ਮੁੱਢਲਾ ਢਾਂਚਾ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਜਿੱਥੇ ਕੰਡਕਟਰ ਫਸਿਆ ਹੋਇਆ ਸੀਗਾ, ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਜਿਸ ਪਾਸੇ ਤੋਂ ਸਵਾਰੀਆਂ ਬੱਸ ਦੇ ਵਿੱਚ ਚੜ੍ਹਦੀਆਂ ਸੀਗੀਆਂ, ਤਾਂ ਇਹ ਉਹ ਹਿੱਸਾ, ਇਹ ਉਹ ਟਾਕੀ ਹੈ ਜਿਸ ਨੂੰ ਖੋਲ ਕੇ ਸਵਾਰੀਆਂ ਅੰਦਰ ਆਉਂਦੀਆਂ ਸੀਗੀਆਂ, ਤਾਂ ਇਹ ਵੀ ਪੱਟੀ ਗਈ ਹੈ ਇਸ ਹਾਦਸੇ ਦੇ ਵਿੱਚ।
ਤਾਂ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਸ ਪਿੱਲਰ ਨੂੰ ਫੜ ਕੇ ਆਪਾਂ ਖੜਦੇ ਹੁੰਦੇ ਹਾਂ ਬੱਸ ਦੇ ਵਿੱਚ, ਤਾਂ ਇਹ ਤੁਸੀਂ ਦੇਖੋ ਕਿ ਇਹ ਵੀ ਪੂਰੀ ਤਰ੍ਹਾਂ ਟੁੱਟ ਚੁੱਕੇ ਆਪਣੇ ਹਿੱਸੇ ਤੋਂ। ਤਾਂ ਇਹ ਤਸਵੀਰਾਂ ਬੱਸ ਦੇ ਅੰਦਰ ਲਈਆਂ ਨੇ। ਅਗਲੇ ਪਾਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿੱਥੇ ਡਰਾਈਵਰ ਬੈਠਾ ਹੁੰਦਾ, ਡਰਾਈਵਰ ਬੈਠ ਕੇ ਬੱਸ ਨੂੰ ਚਲਾਉਂਦਾ, ਤਾਂ ਉਹ ਵਾਲੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਇੱਕ ਇੱਕ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਬੱਸ ਦੀਆਂ ਅੰਦਰਲੀਆਂ ਤਸਵੀਰਾਂ ਨੇ। ਹਾਦਸੇ ਤੋਂ ਬਾਅਦ ਕੀ ਹਾਲਤ ਹੈ ਬੱਸ ਦੀ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਿਸ ਤਰ੍ਹਾਂ ਲੋਕਾਂ ਦੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਲੋਕ ਇਸ ਵਕਤ ਰਜਿੰਦਰਾ ਹਸਪਤਾਲ 'ਚ ਦਾਖਿਲ ਨੇ, ਤਾਂ ਉਹਨਾਂ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਗੇਅਰ ਬੋਕਸ ਹੈ ਜਿਸ ਦੇ ਨਾਲ ਬੱਸ ਚੱਲਦੀ ਹੈ ਪੂਰੀ, ਤਾਂ ਉਹ ਵੀ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ। ਕਈ ਲੱਖਾਂ ਦਾ ਨੁਕਸਾਨ ਜਿਹੜਾ PRTC ਦਾ ਇਸ ਬੱਸ ਦਾ ਹੋਇਆ, ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਚੁੱਕਿਆ ਹੈ। ਕਿਸੇ ਵਿਅਕਤੀ ਦੀ ਜਾਨ ਜਿਹੜੀ ਇਸ ਦੇ ਵਿੱਚ ਨਹੀਂ ਗਈ, ਹਾਲਾਂਕਿ ਲੋਕ ਕਾਫੀ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਕੰਡਕਟਰ ਦੀ ਹਾਲਤ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਉਹ ਇਸੀ ਸੀਟ ਦੇ ਉੱਪਰ ਬੈਠਾ ਸੀਗਾ, ਜਿਸ ਸੀਟ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਸ ਸੀਟ ਨੂੰ ਪਿੱਛੇ ਪੱਟ ਕੇ ਉਸਨੂੰ ਬਾਹਰ ਕੱਢਿਆ ਗਿਆ। ਉਸਦੀਆਂ ਲੱਤਾਂ ਜਿਹੜੀਆਂ ਨੇ ਇਸ ਵਿੱਚ ਫਸ ਗਈਆਂ ਸੀਗੀਆਂ, ਜਿਸ ਨੂੰ ਕਾਫੀ ਕਹਿ ਸਕਦੇ ਹਾਂ ਮੁਸ਼ਕਿਲਾਂ ਤੋਂ ਬਾਅਦ, ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ। ਉਸ ਤੋਂ ਬਾਅਦ ਉਸਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਕਹਿ ਸਕਦੇ ਹਾਂ ਕਿ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ। ਤਾਂ ਇਹ ਬੱਸ ਦਾ ਮੁੱਢਲਾ ਢਾਂਚਾ ਤੁਸੀਂ ਦੇਖੋ ਕਿ ਅੰਦਰਲੇ ਪਾਸੇ ਤੋਂ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਾਫੀ ਮਜ਼ਬੂਤ ਬੱਸ ਹੁੰਦੀ ਹੈ, ਕਿਉਂਕਿ ਇਹ ਕਹਿ ਸਕਦੇ ਹਾਂ ਵੱਡੇ ਵਾਹਨ ਨੇ। ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ PRTC ਦੀ ਸਰਕਾਰੀ ਬੱਸ ਹੈ। ਇਹ ਅਗਲੇ ਪਾਸੇ ਦੀ ਤਸਵੀਰ ਦਿਖਾ ਰਿਹਾ ਜਿੱਥੇ ਡਰਾਈਵਰ ਬੈਠਾ ਹੁੰਦਾ ਹੈ, ਡਰਾਈਵਰ ਬੈਠ ਕੇ ਬੱਸ ਨੂੰ ਚਲਾਉਂਦਾ ਹੈ, ਇਸ ਪਾਸੇ ਕੰਡਕਟਰ ਬੈਠਦਾ, ਤਾਂ ਉਸਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ। ਕਈ ਪਲਟੀਆਂ ਖਾਣ ਮਗਰੋਂ ਜਿਹੜੀ ਕਹਿ ਸਕਦੇ ਹਾਂ ਇਹ ਬੱਸ ਇੱਕ ਸਾਈਡ ਨੂੰ ਡਿੱਗੀ ਸੀਗੀ, ਜਿਸ ਵਿੱਚੋਂ ਲੋਕਾਂ ਨੂੰ ਬੜੀ ਮੁਸ਼ਕਿਲਾਂ ਤੋਂ ਬਾਅਦ, ਬੜੀ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢਿਆ ਗਿਆ। ਲੋਕਾਂ ਦਾ ਖੂਨ ਵੀ ਇਸ ਥਾਂ ਦੇ ਉੱਤੇ ਡੁੱਲਿਆ ਹੋਇਆ ਨਜ਼ਰ ਆ ਰਿਹਾ। ਤਾਂ ਉਸਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ। PRTC ਦੀ ਬੱਸ ਹੈ ਜਿਹੜੀ ਚੀਕੇ ਵੱਲ ਨੂੰ ਜਾ ਰਹੀ ਸੀ ਪਟਿਆਲਾ ਤੋਂ, ਤਾਂ ਕਹਿ ਸਕਦੇ ਹਾਂ ਪਾਤੜਾਂ ਤੋਂ ਪਹਿਲਾਂ ਪਟਿਆਲਾ ਪਹੁੰਚਦੀ ਹੈ ਬੱਸ, ਉਸ ਤੋਂ ਬਾਅਦ ਪਟਿਆਲਾ ਡਿਪੂ ਤੋਂ ਕਹਿ ਸਕਦੇ ਹਾਂ ਚੀਕੇ ਵੱਲ ਨੂੰ ਜਾ ਰਹੀ ਸੀਗੀ। ਸਵਾਰੀਆਂ ਇਸ ਦੇ ਵਿੱਚ ਬੈਠੀਆਂ ਹੋਈਆਂ ਸੀਗੀਆਂ, ਤਾਂ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ। ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਜਿਹੜਾ ਬੱਸ ਦਾ ਢਾਂਚਾ ਸੀਗਾ ਇਹ ਪੂਰੀ ਤਰ੍ਹਾਂ ਵਿਗੜ ਚੁੱਕਿਆ ਇਸ ਹਾਦਸੇ ਦੇ ਵਿੱਚ। ਇਹ ਤੁਸੀਂ ਦੇਖ ਰਹੇ ਹੋ ਕਿ ਇਹ ਸਾਈਡ ਵਾਲਾ ਜਿਹੜਾ ਹਿੱਸਾ ਸੀਗਾ ਉਹ ਪਿਛਲੀ ਪਾਸੇ ਨੂੰ ਆ ਗਿਆ, ਜਿਹੜੀ ਤਾਕੀਆਂ ਸੀਗੀਆਂ ਉਹ ਸਾਰੀਆਂ ਪੱਟੀਆਂ ਗਈਆਂ ਨੇ। ਤਾਂ ਵੱਡਾ ਹਾਦਸਾ ਜਿਹੜਾ ਪਟਿਆਲਾ ਦੇ ਵਿੱਚ ਵਾਪਰਿਆ ਜਿਹੜਾ ਤੁਹਾਨੂੰ ਦਿਖਾ ਰਿਹਾ। ਲੋਕਾਂ ਦੀਆਂ ਇਹ ਪਾਣੀ ਦੀਆਂ ਬੋਤਲਾਂ ਜਿਹੜੀਆਂ ਤੁਹਾਨੂੰ ਦਿਖਾਵਾਂਗਾ ਕਿ ਮੈਂ, ਜਿਹੜੀ ਲੋਕੀ ਹੱਥਾਂ ਦੇ ਵਿੱਚ ਬੈਠ ਕੇ ਇਸ ਬੱਸ ਦੇ ਵਿੱਚ ਸਫ਼ਰ ਕਰਦੇ ਨੇ, ਤਾਂ ਉਹ ਵੀ ਇੱਥੇ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਦਸੇ ਤੋਂ ਬਾਅਦ। ਜਿਹੜੇ ਲੋਕ ਨੇ ਉਹ ਇਸ ਵਕਤ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਤੁਸੀਂ ਦੇਖੋ ਕਿ ਲੋਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਕਿਉਂਕਿ ਵੱਡਾ ਹਾਦਸਾ ਜਿਹੜਾ ਪਟਿਆਲਾ ਦੇ ਵਿੱਚ ਵਾਪਰਿਆ। ਇਹ ਲੋਕਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਲੇਕਿਨ ਪੂਰੀ ਬੱਸ ਦੀ ਤਸਵੀਰ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਕਿ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਦਸੇ ਤੋਂ ਬਾਅਦ ਬੱਸ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹ ਤੁਹਾਨੂੰ ਦਿਖਾਈ ਹੈ, ਲੋਕ ਕਿਸ ਤਰ੍ਹਾਂ ਦੇ ਨੇ ਉਹ ਵੀ ਤੁਹਾਨੂੰ ਦਿਖਾਏ ਨੇ। ਲੇਕਿਨ ਇਹ ਤਸਵੀਰਾਂ ਦੇਖੋ, ਇਹ ਤੁਸੀਂ ਤਸਵੀਰ ਦੇਖੋਗੇ ਕਿ ਕੋਈ ਆਪਣੀ ਸੁੱਖ ਸੁੱਕ ਕੇ ਜਿਹੜਾ ਬੱਸ ਦੇ ਵਿੱਚ ਜਾ ਰਿਹਾ ਸੀਗਾ ਚੀਕੇ ਵੱਲ ਨੂੰ, ਤਾਂ ਉਹ ਸੁੱਖ ਉਤਾਰਨੀ ਹੋਵੇਗੀ ਲੱਗਦਾ ਕਿ, ਕਿਉਂਕਿ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਸੁੱਖ ਉਤਾਰਨ ਵਾਲਾ ਜਿਹੜਾ ਸਮਾਨ ਹੈ ਉਹ ਵੀ ਪਿਆ ਹੋਇਆ। ਤਾਂ ਵੱਡਾ ਹਾਦਸਾ ਪਟਿਆਲਾ ਦੇ ਵਿੱਚ ਵਾਪਰਿਆ, ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ 18 ਦੇ ਕਰੀਬ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਇਹ ਬੱਸ ਦੀਆਂ ਸੀਟਾਂ ਤੁਸੀਂ ਦੇਖੋ ਕਿ ਇਹ ਪਲਟੀਆਂ ਹੋਈਆਂ ਨੇ, ਕਿਉਂਕਿ ਕਾਫੀ ਵੱਡਾ ਹਾਦਸਾ ਪਟਿਆਲਾ ਦੇ ਵਿੱਚ ਹੋਇਆ, ਪਟਿਆਲਾ ਚੀਕਾ ਰੋਡ ਦੇ ਉੱਪਰ ਹੋਇਆ। ਇੱਕ ਵਾਰ ਫਿਰ ਤੋਂ ਤਸਵੀਰ ਜਿਹੜੀ ਹੈ ਅਗਲੇ ਪਾਸੇ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ, ਲੋਕ ਇੱਕ ਵਾਰ ਜ਼ਰੂਰ ਦੇਖਣ, ਕਿਉਂਕਿ ਇਹ ਹਾਦਸਾ ਪਟਿਆਲਾ ਦੇ ਵਿੱਚ ਵਾਪਰਿਆ। ਆਏ ਦਿਨ ਸੜਕ ਹਾਦਸੇ ਦੇਖਣ ਨੂੰ ਮਿਲਦੇ ਨੇ, ਆਏ ਦਿਨ ਸੜਕੀ ਹਾਦਸੇ ਵਾਪਰਦੇ ਨੇ, ਤਾਂ ਕਹਿ ਸਕਦੇ ਇੱਕ ਹਾਦਸਾ ਹੋਰ ਪਟਿਆਲਾ ਦੇ ਵਿੱਚ ਵਾਪਰਿਆ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ।
ਕਿ ਕਿਸ ਤਰ੍ਹਾਂ ਅਗਲੇ ਪਾਸੇ ਦੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਵੱਡਾ ਹਾਦਸਾ ਪਟਿਆਲਾ ਦੇ ਵਿੱਚ ਹੋਇਆ। ਤਾਂ ਇਹ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬੱਸ ਜਿਹੜੀ ਹੈ PRTC ਦੀ ਉਹ ਨੁਕਸਾਨੀ ਗਈ ਹੈ। ਤਾਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖੀਆਂ ਨੇ, ਅਗਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਇਸ ਹਾਦਸੇ ਦੀ ਇਹ ਕਹਿ ਸਕਦੇ ਇੱਕ ਝਲਕ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਹਾਦਸੇ ਤੋਂ ਬਾਅਦ ਕੀ ਹਾਲਤ ਆ ਬੱਸ ਦੀ, ਲੋਕਾਂ ਦੀ ਕੀ ਹਾਲਤ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ 18 ਦੇ ਕਰੀਬ ਲੋਕ ਇਸ ਵਿੱਚ ਜ਼ਖਮੀ ਹੋਏ ਨੇ। ਤਾਂ ਇਹ ਬੱਸ ਦੀ ਤਸਵੀਰ ਤੁਹਾਨੂੰ ਦੇਖੀ ਹੈ ਕਿ ਕਈ ਪਲਟੀਆਂ ਖਾਣ ਮਗਰੋਂ ਬੱਸ ਜਿਹੜੀ ਇਸ ਪਾਸੇ ਨੂੰ ਆ ਡਿੱਗੀ ਹੈ, ਜਿਸ ਨੂੰ ਇੱਕ ਸਾਈਡ ਦੇ ਉੱਪਰ ਕੀਤਾ ਗਿਆ। ਟਿੱਪਰ ਦੀ ਹਾਲਤ ਹੈ ਜਿਹੜੀ ਉਹ ਕਿਹਾ ਜਾ ਸਕਦਾ ਕਿ ਉਹ ਵੀ ਠੀਕ ਹੈ ਬਿਲਕੁਲ, ਕਿਉਂਕਿ ਟਿੱਪਰ ਕਾਫੀ ਮਜ਼ਬੂਤ ਹੁੰਦਾ, ਲੋਹੇ ਦਾ ਬਣਿਆ ਹੁੰਦਾ, ਨਿੱਗਰ ਬਣਿਆ ਹੁੰਦਾ। ਉਸ ਦੇ ਨਾਲ ਇਹ ਬੱਸ ਹਾਦਸਾ ਹੋਇਆ ਜਿਸ ਵਿੱਚ 18 ਲੋਕ ਸਵਾਰ ਸੀਗੇ, ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ, ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਨੇ, ਜਿਨ੍ਹਾਂ ਦਾ ਇਲਾਜ ਜਿਹੜਾ ਚੱਲ ਰਿਹਾ। ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ TV ਪਟਿਆਲਾ।